ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਮੈਂ ਦਿਲਬਾਗ ਸਿੰਘ ਹੁੰਦਲ, ਪ੍ਰੋਗਰਾਮ ਗੱਲਾਂ ਬਾਤਾਂ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹਾਂ। ਅੱਜ ਮੇਰੇ ਨਾਲ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਬੜੀ ਸਰਗਰਮੀ ਨਾਲ ਵਿਚਰ ਰਹੀ ਗਾਇਕ ਜੋੜੀ ਜੀਤਾ ਪਵਾਰ ਅਤੇ ਸੁਨੀਤਾ ਖੰਨੇ ਵਾਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਜੀਤਾ ਪਵਾਰ ਔਰ ਮੇਰੇ ਨਾਲ ਮੈਡਮ ਸੁਨੀਤਾ ਖੰਨੇ ਵਾਲੀ ਔਰ ਸਾਡੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਜੀ ਆਇਆਂ ਆਖਿਆ ਜਾਂਦਾ ਜੀ। ਹੋਰ ਸੁਣਾਓ, ਕਿਵੇਂ ਕੰਮ ਕਾਰ? ਅਤੇ ਅੱਜ ਕੱਲ੍ਹ ਮੇਰਾ ਖਿਆਲ ਵੀ ਢਿੱਲਾ ਪ੍ਰੋਗਰਾਮ ਆ। ਕੰਮ ਕਾਰ ਅੱਜ ਕੱਲ੍ਹ ਲੋਕਡਾਊਨ ਕਰਕੇ ਬਹੁਤ ਘੱਟ ਹੈ ਜੀ। ਹਾਂਜੀ, ਅਤੇ ਕੀ ਰੁਝੇਵੇਂ ਆ ਹੁਣ? ਰੁਝੇਵੇਂ ਕੀ ਕਰ ਰਹੇ ਹੋ? ਇਹਨੀ ਦਿਨੀ ਰਿਕਾਰਡਿੰਗਾਂ ਚੱਲ ਰਹੀਆਂ ਜੀ। ਰਿਕਾਰਡਿੰਗਾਂ ਚੱਲ ਰਹੀਆਂ? ਹਾਂਜੀ। ਕਿੰਨੇ ਕੁ ਗੀਤ ਰਿਕਾਰਡ ਕਰਾਤੇ ਜਾਂ ਕਿੰਨੇ ਕੁ ਰਿਲੀਜ਼ ਕੀਤੇ? ਰਿਲੀਜ਼ ਜਿਹੜੇ ਤੁਹਾਡੇ ਪਿਛਲੇ ਸਮੇਂ 'ਚ, ਉਹ ਤਾਂ ਕੁਝ ਅਸੀਂ ਗੀਤ ਵੇਖੇ ਨੇ, ਹਾਂਜੀ ਸੁਣੇ ਵੀ ਨੇ, ਅਤੇ ਆਉਣ ਵਾਲੇ ਸਮੇਂ 'ਚ ਕੀ ਕੀ ਕਰ ਰਹੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮੱਲ ਸਿੰਘ ਚੀਮਾ ਸਾਹਿਬ ਜੀ, ਉਹਨਾਂ ਦੇ ਸੌਂਗ ਕਰ ਰਹੇ ਹਾਂ ਜੀ। ਜੀ, ਬਾਪੂ ਸੇਵਾ ਸਿੰਘ ਜੀ ਨੌਰ ਸਾਹਿਬ, ਠੀਕ ਹੈ ਜੀ, ਉਹਨਾਂ ਦੇ ਕਾਫੀ ਸਾਰੇ ਸੌਂਗ ਮੈਂ ਕੀਤੇ ਆ। ਅੱਛਾ, ਇਸ ਵਿੱਚ ਕੰਪਨੀ ਵੱਲੋਂ ਵੀ ਆਏ ਆ, ਠੀਕ ਆ, ਜਿੱਦਾਂ ਕਿ ਜੱਟਾਂ ਦੇ ਦੋ ਟਿਕਾਣੇ, ਠੀਕ ਆ। ਇੱਕ ਮੇਰਾ ਹੋਰ ਬਹੁਤ ਫੇਮਸ ਹੋਇਆ ਸੀ ਗੀਤ, ਕਲਹਿਰੀਆ ਮੋਰਾ ਵੀ, ਮੈਂ ਇਹਨਾਂ ਥੱਲੇ ਰਹਿੰਦੀ, TPM ਕੰਪਨੀ ਵੱਲੋਂ ਆਇਆ ਸੀਗਾ ਜੀ। ਜੀ ਜੀ ਜੀ, ਅਤੇ ਇਸੇ ਤਰ੍ਹਾਂ ਅੱਗੇ ਵੀ ਜਿਹੜੀ ਆ ਚੱਲੀ ਜਾਣੀ ਆ ਗਾਇਕੀ। ਜੀਤਾ ਜੀ, ਇਹ ਆਉਣ ਵਾਲੇ ਗੀਤਾਂ ਬਾਰੇ ਜਾਂ ਰਿਲੀਜ਼ ਹੋਏ ਗੀਤਾਂ ਬਾਰੇ ਥੋੜ੍ਹੀ ਗੱਲ ਕੀਤੀ, ਆਪਾਂ ਅੱਗੇ ਵੀ ਕਰਦੇ ਹਾਂ। ਇਸ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ, ਤੁਸੀਂ ਖਾਸ ਲੁਧਿਆਣੇ ਤੋਂ ਜਾਂ ਕੋਈ ਪਿੰਡ ਆ ਨੇੜੇ, ਕਿੱਥੇ ਤੁਹਾਡਾ ਜੰਮ ਪਲ? ਸਾਡਾ ਪਿੰਡ ਨਵੇਂ ਸ਼ਹਿਰ ਦੇ ਲਾਗੇ ਪਿੰਡ ਹੈ ਜੀ, ਸਾਡਾ ਪੰਦਰੌੜ ਪਿੰਡ। ਕਿਹੜਾ ਜੀ? ਪੰਦਰੌੜ। ਪੰਦਰੌੜ, ਹਾਂਜੀ। ਅੱਛਾ ਜੀ, ਠੀਕ ਹੈ। ਅਸੀਂ 1980 ਦੇ ਵਿੱਚ ਲੁਧਿਆਣੇ ਆ ਗਏ ਸੀ। ਅੱਛਾ ਜੀ। ਉਸ ਤੋਂ ਬਾਅਦ ਕੁਛ ਆਪਣੇ ਕਾਰੋਬਾਰ ਲੱਗ ਪਏ ਸੀ, ਥੋੜ੍ਹੀ ਬਹੁਤ ਖੇਤੀਬਾੜੀ ਸੀਗੀ, ਠੀਕ ਹੈ ਜੀ, ਪਿੰਡ। ਹਾਂਜੀ, ਠੀਕ ਹੈ, ਉਹ ਕਰਦੇ ਸੀਗੇ, ਠੀਕ ਹੈ। ਫਿਰ ਉਸ ਤੋਂ ਬਾਅਦ 1996 ਦੇ ਵਿੱਚ ਇੱਕ ਗੀਤ ਆਇਆ ਸੀ ਸਰਦੂਲ ਸਿਕੰਦਰ ਜੀ ਦਾ, ਮੇਰੇ ਉਸਤਾਦ ਜੀ ਨੇ ਉਹ। ਅੱਛਾ, ਤੁਹਾਡੇ ਉਸਤਾਦ ਜੀ ਨੇ? ਹਾਂਜੀ, ਮੈਂ ਉਹਨਾਂ ਕੋਲ ਕਾਫੀ ਟਾਈਮ ਸੇਵਾ ਕੀਤੀ ਉਹਨਾਂ ਦੀ ਜੀ। ਅਤੇ ਉਹ ਗੀਤ ਆਇਆ ਸੀ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ, ਨਖਰਾ 96 'ਚ। 96 'ਚ, ਵਾਹ। ਔਰ ਉਹਨੀ ਦਿਨੀ ਮੈਂ ਸਰਦਾਰ ਗੁਰਮੇਲ ਸਿੰਘ ਜੀ ਪਹਿਲਵਾਨ ਸਾਹਿਬ ਲੁਧਿਆਣੇ ਤੋਂ ਨੇ, ਅੱਛਾ ਜੀ, ਔਰ MS ਬਿੱਟਾ ਉਹਨਾਂ ਦੇ ਨਾਲ ਦਿੱਲੀ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਗਿਆ ਸੀ ਉਹਨਾਂ ਦੇ ਨਾਲ। ਅੱਛਾ ਜੀ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਜੀਤੇ ਗਾਉਣ ਦਾ ਸ਼ੌਂਕ ਹੈ ਤਾਂ ਤੇਰਾ ਇੱਕ ਗੀਤ ਲਵਾ ਦੀਏ ਇੱਥੇ। ਅੱਛਾ ਜੀ। ਅਤੇ ਦਲੇਰ ਜੀ ਦੀ ਸਟੇਜ ਸੀਗੀ ਉੱਥੇ, ਦਲੇਰ ਮਹਿੰਦੀ ਸਾਹਿਬ। ਹਾਂਜੀ ਹਾਂਜੀ, ਵਾਹ। ਅਤੇ ਮੈਨੂੰ ਪਹਿਲੀ ਵਾਰੀ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਗਾਇਕੀ ਦੀ। ਉਦੋਂ ਤੁਸੀਂ ਜਨਾਬ ਸਰਦੂਲ ਸਿਕੰਦਰ ਸਾਹਿਬ ਦੇ ਨਾਲ ਜਾਂਦੇ ਸੀ ਜਾਂ ਉਹਨਾਂ ਨੂੰ ਉਸਤਾਦ ਬਣਾਇਆ ਸੀ ਕਿ ਨਹੀਂ? ਜੀ ਜੀ, 1996 ਦੇ ਵਿੱਚ। ਕਿਹੜੀ ਸੰਨ ਦੀ ਦੱਸੀ ਤੁਸੀਂ ਗੱਲ? 1996 'ਚ। ਅੱਛਾ, ਗੀਤ ਉਦੋਂ ਹੀ ਉਹਨਾਂ ਦਾ ਰਿਲੀਜ਼ ਹੋਇਆ ਔਰ ਉਦੋਂ ਹੀ ਤੁਸੀਂ ਉੱਥੇ ਗਏ ਦਿੱਲੀ? ਹਾਂਜੀ। ਉਦੋਂ ਤੁਸੀਂ ਵੈਸੇ ਹੀ ਉਹਨਾਂ ਨੂੰ TV 'ਤੇ ਸੁਣਦੇ ਸੀਗੇ, ਪ੍ਰੋਗਰਾਮ 'ਚ ਦੇਖੀਦਾ ਸੀਗਾ ਜੀ। ਠੀਕ ਹੈ, ਉਹਨਾਂ ਨੂੰ ਮਤਲਬ ਆਦਰਸ਼ ਮੰਨਦੇ ਸੀ। ਹਾਂਜੀ ਹਾਂਜੀ। ਅਤੇ ਅੱਛਾ, ਉਦੋਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਸੀ ਗੀਤ, ਲੇਕਿਨ ਤੁਸੀਂ ਉੱਥੇ ਉਸ ਗੀਤ ਨੂੰ ਕਿੱਦਾਂ ਦਾ ਹੰਗਾਰਾ ਰਿਹਾ ਉੱਥੇ ਸਟੇਜ 'ਤੇ? ਉਸ ਗੀਤ ਨੂੰ ਬਹੁਤ ਵੱਡਾ ਹੰਗਾਰਾ ਰਿਹਾ, ਦਲੇਰ ਮਹਿੰਦੀ ਦਾ ਪ੍ਰੋਗਰਾਮ ਹੋਵੇ, ਤੁਸੀਂ ਉਸ ਮੰਚ 'ਤੇ ਉਸ ਸਟੇਜ 'ਤੇ ਗਾਉਣਾ, ਬਿਲਕੁਲ ਜੀ, ਮੀਕਾ ਜੀ ਵੀ ਸੀਗੇ ਉੱਥੇ, ਬੜੀ ਵੱਡੀ ਗੱਲ ਆ। ਅਤੇ ਉਦੋਂ ਇਹ ਸੀਗਾ ਜੀ, ਜਦੋਂ ਮੈਂ ਗੀਤ ਗਾ ਕੇ ਸਟੇਜ ਤੋਂ ਨੀਚੇ ਉਤਰਿਆ ਜੀ, ਅਤੇ ਮੈਨੂੰ ਕੁੜੀਆਂ ਮੁੰਡਿਆਂ ਨੇ ਕਹਿਣਾ ਸ਼ੁਰੂ ਕਰਤਾ, ਆਟੋਗ੍ਰਾਫ ਸਰ, ਆਟੋਗ੍ਰਾਫ। ਵਾਹ। ਅਤੇ ਮੈਂ ਸੋਚਿਆ ਵੀ ਪਤਾ ਨਹੀਂ ਉਹ ਕਿਸ ਚੀਜ਼ ਦਾ ਨਾਂ ਆ, ਵੀ ਸ਼ਾਇਦ ਵਿਜ਼ਿਟਿੰਗ ਕਾਰਡ ਨੂੰ ਕਹਿੰਦੇ ਆਟੋਗ੍ਰਾਫ, ਠੀਕ ਆ। ਮੈਂ ਕਿਹਾ ਜੀ ਉਹ ਮੈਂ ਲੈ ਕੇ ਨਹੀਂ ਆਇਆ। ਅੱਛਾ ਜੀ। ਉਹ ਬਾਅਦ 'ਚ ਮੈਨੂੰ ਕਹਿੰਦੇ ਸਰ, ਉਹ ਜਿਹੜੇ ਸਹਿਣ ਕਰੀ ਦੇ ਹੱਥਾਂ 'ਤੇ ਵੀ ਉੱਦਾਂ ਕਰੀ ਜਾ, ਠੀਕ ਆ। ਹਾਂਜੀ। ਅਤੇ ਫਿਰ ਉਹ ਤੁਸੀਂ ਖੂਬ ਆਟੋਗ੍ਰਾਫ ਦਿੱਤੇ ਲੋਕਾਂ ਨੂੰ? ਬਿਲਕੁਲ ਜੀ। ਅਤੇ ਉਹਦੇ ਤੋਂ ਬਾਅਦ ਫਿਰ ਕਿੰਨਾ ਕੁ ਇਹ ਆਪਣੇ ਆਪ 'ਤੇ ਵਿਸ਼ਵਾਸ ਜਿਹਾ ਆਇਆ ਵੀ ਯਾਰ ਕਰ ਸਕਦੇ ਹਾਂ ਕੁਝ? ਹਾਂਜੀ ਬਿਲਕੁਲ। ਉਸ ਤੋਂ ਬਾਅਦ ਚਰਨਜੀਤ ਹੁੱਜਾ ਸਾਹਿਬ ਕੋਲ ਮੈਨੂੰ ਸਾਡੇ ਗੁਰਮੇਲ ਸਿੰਘ ਜੀ ਪਹਿਲਵਾਨ ਸਾਹਿਬ ਜਿਹੜੇ ਨੇ ਉਹ ਛੱਡ ਕੇ ਆਏ। ਵਾਹ। ਉੱਥੇ ਕੁਛ ਟਾਈਮ ਦਿਲ ਨਹੀਂ ਲੱਗਿਆ ਦਿੱਲੀ। ਹਾਂਜੀ। ਅੱਛਾ ਜੀ। ਅਤੇ ਮੈਂ ਵੈਸੇ ਉੱਥੇ ਤਾਂ ਹਰ ਕਲਾਕਾਰ ਜਾਣਾ ਲੋਚਦਾ ਵੀ ਯਾਰ ਉੱਥੇ ਗੱਲ ਬਣ ਜੇ, ਉੱਥੇ ਕੁੰਡੀ ਅੜ ਜੇ, ਕਿਸੇ ਨਾ ਕਿਸੇ ਤਰ੍ਹਾਂ ਦਾ ਨਜ਼ਾਰੇ ਆ ਜੇ, ਘਰਾਂ ਦੇ ਰਜੀਵੇਂ ਸੀਗੇ ਕੁਛ ਇੱਦਾਂ ਦੇ। ਅੱਛਾ ਜੀ। ਪਰ ਇੱਦਾਂ ਸੀਗਾ, ਸਾਗਾ ਕੰਪਨੀ ਸੀਗੀ ਉਦੋਂ ਜੀ, ਅਤੇ ਉਹਦੀ ਜਿਹੜੀ ਮੈਨੂੰ ਉਸਤਾਦ ਜੀ ਸਰਦੂਲ ਸਿਕੰਦਰ ਜੀ ਆਪਣੇ ਨਾਲ ਲੈ ਆਏ ਪੰਜਾਬ 'ਚ। ਅੱਛਾ, ਉੱਥੋਂ? ਹਾਂਜੀ। ਅਤੇ ਕੁਛ ਟਾਈਮ ਮੈਂ ਉਹਨਾਂ ਦੇ ਕੋਲ ਸੇਵਾ ਕਰਦਾ ਰਿਹਾ, ਠੀਕ ਆ, ਅਤੇ ਉਹਨਾਂ ਨਾਲ ਉਸਤਾਦੀ ਸ਼ਕਿਰਦੀ ਵੀ ਮੇਰੀ ਹੋਈ ਉਹਨਾਂ ਦਿਨਾਂ 'ਚ। ਹਾਂਜੀ। ਮਤਲਬ ਫਿਰ ਉਹ ਉੱਥੋਂ ਆਉਣ ਤੋਂ ਬਾਅਦ ਤੁਸੀਂ ਇੱਥੇ ਰਸਮ ਜਿਹੜੀ ਉਸਤਾਦੀ ਸ਼ਗਿਰਦੀ ਦੀ ਜਨਾਬ ਸਰਦੂਲ ਸਿਕੰਦਰ ਸਾਹਿਬ? ਹਾਂਜੀ ਹਾਂਜੀ। ਰਸਮ ਵੈਸੇ ਸਹੀ ਰਸਮ ਤਾਂ ਮੇਰੇ ਵਿਆਹ 'ਤੇ ਹੋਈ ਸੀ ਜੀ। ਉਹ ਕਦੋਂ, ਕਿਹੜੀ ਸੰਨ 'ਚ ਜੀ? 1998 'ਚ। ਅੱਛਾ ਜੀ। ਵਿਆਹ ਵਾਲੇ ਦਿਨ ਨਾਲ ਉਸਤਾਦ ਜੀ ਨੂੰ ਉਸਤਾਦੀ ਸ਼ਗਿਰਦੀ ਦੀ ਰਸਮ ਦੇ ਦੌਰਾਨ ਤੁਸੀਂ? ਹਾਂਜੀ ਹਾਂਜੀ। ਉਹ ਕਰਕੇ ਸਾਰਾ ਅਤੇ ਉਸਤਾਦ ਬਣਾ ਲਿਆ? ਹਾਂਜੀ, ਠੀਕ ਹੈ ਜੀ। ਅਤੇ ਉਹ ਫਿਰ ਉੱਥੇ ਰਸਮ ਹੋਈ ਵਿਆਹ 'ਤੇ, ਜਿੱਦਾਂ ਮੇਰੇ ਅਖਾੜਾ ਸੀਗਾ ਸਰਦੂਲ ਜੀ ਦਾ, ਮੇਰੇ ਉਸਤਾਦ ਜੀ ਦਾ, ਨਾਲ ਕੁਲਦੀਪ ਮਾਣਕ ਜੀ, ਕੁਛ ਦਿਲ ਖੇਲਿਆਂ ਵਾਲਾ ਜੀ। ਅੱਛਾ ਜੀ। ਅਤੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਜੱਸੀ ਭਾਜੀ। ਹਾਂਜੀ, ਠੀਕ ਹੈ। ਉਹਨਾਂ ਦੀ ਇੱਕ ਟੇਪ ਆਈ ਸੀ ਨਵੀਂ ਨਵੀਂ ਤੀਸਰੀ 'ਚ ਉਦੋਂ, ਠੀਕ ਆ। ਅਤੇ ਹੋਰ ਬਹੁਤ ਸਾਰੇ ਪੰਜਾਬ ਦੇ ਉੱਘੇ ਸਿੰਗਰ ਸੀਗੇ ਉੱਥੇ, ਅਤੇ ਮੈਨੂੰ ਵਿਆਹ 'ਤੇ ਵੀ ਇਹਨਾਂ ਨੇ ਕਿਹਾ ਵੀ ਤੂੰ ਗਾ,
ਠੀਕ ਹੈ ਮੈਂ ਆਪਣੇ ਵਿਆਹ ਤੇ ਵੀ ਗਾਇਆ ਇਹ ਜਿਹੜੇ ਸਾਰੇ ਸਿੰਗਰ ਔਰ ਵੱਡੇ ਨਾਮ ਇਹ ਤੁਸੀਂ ਜ਼ਿਕਰ ਕੀਤਾ ਇਹਨਾਂ ਨੂੰ ਤੁਸੀਂ ਬੁੱਕ ਕੀਤਾ ਵਿਆਹ ਦੇ ਜਾਂ ਵੈਸੇ ਤੁਹਾਡਾ ਭਾਈਬੰਦੀ ਕਰਕੇ ਭਾਈਚਾਰਕ ਸਾਂਝ ਕਰਕੇ ਗਏ ਸੀ ਸਾਡੇ ਨਾਲ ਵੈਸੇ ਹੀ ਇਹਨਾਂ ਦਾ ਬਹੁਤ ਪਿਆਰ ਸੀ ਜਦੋਂ ਅਸੀਂ ਲੁਧਿਆਣੇ ਤੋਂ ਦਿੱਲੀ ਜਾਂਦੇ ਸੀ ਸੰਜੀਵ ਆਨੰਦ ਜੀ ਦੇ ਘਰ ਰਹਿੰਦੇ ਸੀ ਵਾਹ ਕੀ ਬਾਤ ਆ ਤੇ ਉਹਨਾਂ ਦੇ ਨਾਲ ਸਾਰੇ ਸਿੰਗਰਾਂ ਦੇ ਨਾਲ ਵਾਕਫੀਤ ਸੀਗੀ ਤੇ ਉਸ ਤੋਂ ਇਲਾਵਾ ਜਦੋਂ ਸਰਦੂਲ ਸਿਕੰਦਰ ਜੀ ਦੇ ਨਾਲ ਆਪਣਾ ਫੈਮਿਲੀ ਅੱਛਾ ਜੀ ਹਾਂਜੀ ਕਿਵੇਂ ਦਾ ਹੰਗਾਰਾ ਰਿਹਾ ਉਹਨੂੰ ਉਸ ਬਹੁਤ ਵਧੀਆ ਹੰਗਾਰਾ ਰਿਹਾ ਉਹਦੇ ਵਿੱਚ ਗੀਤ ਸੀਗੇ ਦਵਿੰਦਰ ਖੰਨੇ ਵਾਲਾ ਜੀ ਦੇ ਵਾਹ ਉਦੋਂ ਨਾਂ 'ਚ ਫਿੱਟ ਸੀਗਾ ਅੱਜ ਵੀ ਹੈਗਾ ਬਿਲਕੁਲ ਅਤੇ ਸੰਜੀਵ ਆਨੰਦ ਜੀ ਦੇਵ ਸਰੀਕਿਆਂ ਵਾਲਾ ਜੀ ਅਤੇ ਇਸ ਤਰ੍ਹਾਂ ਦੇ ਗੀਤਕਾਰ ਸੀਗੇ ਠੀਕ ਹੈ ਸਾਗਾ ਕੰਪਨੀ ਸੀਗੀ ਸਭ ਕੁਝ ਵੱਡਾ ਹੀ ਸੀ ਹਾਂਜੀ ਠੀਕ ਠੀਕ ਹੈ ਜੀ ਅਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਮੇਰੀ ਸਰਦਾਰ ਸੇਵਾ ਸਿੰਘ ਜੀ ਨੌਰਥ ਸਾਹਿਬ ਜੀ ਉਹਨਾਂ ਨਾਲ ਮੁਲਾਕਾਤ ਹੋਈ ਕਿਉਂਕਿ ਉਹਨਾਂ ਦੇ ਸੌਂਗ ਮੈਂ ਸਟਾਰਟਿੰਗ ਦੇ ਵਿੱਚ ਬਚਪਨ ਤੋਂ ਹੀ ਜਿਹੜੇ ਕੁਲਦੀਪ ਮਾਣਕ ਜੀ ਨੇ ਗਾਏ ਸੀਗੇ ਅਤੇ ਉਹਨਾਂ ਦੇ ਲਿਖੇ ਸੀ ਉਹ ਮੈਂ ਗੀਤ ਗਾਉਂਦਾ ਰਹਿੰਦਾ ਸੀ ਠੀਕ 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 ਆ ਦਰਸ਼ਕੋ ਸਾਡੇ ਨਾਲ ਨੇ ਜੀਤਾ ਪਵਾਰ ਅਤੇ ਸੁਨੀਤਾ ਖੰਨੇ ਵਾਲੀ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸੁਨੀਤਾ ਜੀ ਤੁਸੀਂ ਦੱਸੋ ਸੁਨੀਤਾ ਖੰਨੇ ਵਾਲੀ ਇਹ ਖੰਨੇ ਵਾਲੀ ਤੁਹਾਡਾ ਤਖਲਸਾ ਤੁਸੀਂ ਰੱਖਿਆ ਆਪਣੇ ਨਾਮ ਦੇ ਨਾਲ ਜੋੜ ਕੇ ਤੁਹਾਡਾ ਐਗਜ਼ਾਮਪਲ ਖੰਨੇ ਦਾ ਜੀ ਬਿਲਕੁਲ ਕਿਉਂਕਿ ਮੈਂ ਖੰਨੇ ਮੇਰੀ ਮੈਰਿਜ ਹੋਈ ਹੈ ਮੈਂ ਪਟਿਆਲੇ ਹੋਈ ਆ ਜੀ ਜੀ ਅਤੇ ਤੁਹਾਡਾ ਪੇਕਾ ਪਿੰਡ ਵੈਸੇ ਕਿਹੜਾ ਪਟਿਆਲਾ ਪਟਿਆਲਾ ਖਾਸ ਸ਼ਹਿਰ ਖਾਸ ਪਟਿਆਲਾ ਹਾਂਜੀ ਠੀਕ ਹੈ ਜੀ ਅਤੇ ਇਹ ਗਾਉਣ ਦੀ ਝਟਕ ਤੁਹਾਨੂੰ ਕਿਵੇਂ ਲੱਗੀ ਗਾਉਣ ਦੀ ਬਚਪਨ ਤੋਂ ਹੀ ਫਾਦਰ ਸਾਹਿਬ ਤੋਂ ਘਰ ਦੇ ਵਿੱਚ ਹੀ ਫਾਦਰ ਸਾਹਿਬ ਤੁਹਾਡੇ ਗਾਉਂਦੇ ਸੀਗੇ ਹਾਂਜੀ ਕੀ ਨਾਮ ਉਹਨਾਂ ਦਾ ਸ਼੍ਰੀ ਮਲੂਕ ਚੰਦ ਗਾਉਂਦੇ ਸੀ ਬੜੇ ਵਧੀਆ ਮਤਲਬ ਉਹਨਾਂ ਤੋਂ ਹੀ ਪਿਆ ਜਦੋਂ ਉਹਨੇ ਗਾਣਾ ਅਤੇ ਸ਼ੌਕ ਸਾਡਾ ਵੀ ਮਤਲਬ ਹੁੰਦਾ ਸੀ ਅਸੀਂ ਵੀ ਗਾਈਏ ਕਮਰਸ਼ੀਅਲ ਪ੍ਰੋਗਰਾਮ ਕਰਦੇ ਹੋਣਗੇ ਨਹੀਂ ਐਕਚੁਅਲੀ ਉਹ ਸ਼ੌਕ ਦੇ ਤੌਰ 'ਤੇ ਗਾਉਂਦੇ ਸੀ ਬਸ ਅੱਛਾ ਘਰੇ ਜਾਂ ਵੈਸੇ ਕਿਤੇ ਮੈਂ ਪੂਰਾ ਮਾਹੌਲ ਸੀ ਸਾਡੇ ਘਰ ਦੇ ਵਿੱਚ ਹਾਰਮੋਨੀਅਮ ਤਬਲਾ ਸਾਰਾ ਹੀ ਅੱਛਾ ਜੀ ਵਾਹ ਹਾਂਜੀ ਉੱਥੋਂ ਫਿਰ ਤੁਹਾਨੂੰ ਵੀ ਉਹ ਚਣਗ ਜਿਹੜੀ ਫੁੱਟੀ ਤੁਹਾਡੇ ਅੰਦਰ ਵੀ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤੇ ਮੈਂ ਬਹੁਤ ਜ਼ਿਆਦਾ ਅੱਛਾ ਅੱਛਾ ਪੋਜੀਸ਼ਨ ਆਣੀ ਫਸਟ ਸੈਕਿੰਡ ਕਾਲਜ ਦੇ ਵਿੱਚ ਜੀ ਬਿਲਕੁਲ ਅਤੇ ਹੋਰ ਕਿਸੇ ਚੈਨਲ ਵਗੈਰਾ 'ਤੇ ਵੀ ਚੈਨਲਾਂ 'ਤੇ ਤਾਂ ਨਹੀਂ ਗਏ ਕਿਉਂਕਿ ਉਸ ਟਾਈਮ ਹੁੰਦਾ ਨਹੀਂ ਸੀ ਨਾ ਇਹ ਬਾਅਦ ਵਿੱਚ ਆਇਆ ਸਾਰਾ ਠੀਕ ਠੀਕ ਇਹ ਪ੍ਰੋਗਰਾਮ ਜਿਹੜੇ ਬਾਅਦ ਚੱਲੇ ਸਾਰੇ ਬਾਅਦ ਵਿੱਚ ਚੱਲੇ ਠੀਕ 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 ਆ ਅਤੇ ਤੁਸੀਂ ਫਿਰ ਬਕਾਇਦਾ ਤੌਰ 'ਤੇ ਉਸਤਾਦ ਵੀ ਬਣਾਇਆ ਕਿਸੇ ਨੂੰ ਉਸਤਾਦ ਮਤਲਬ ਪੱਕਾ ਨਹੀਂ ਕਿਉਂਕਿ ਮੈਂ ਬਹੁਤ ਸਿੱਖਿਆ ਪਹਿਲਾਂ ਫਾਦਰ ਸਾਹਿਬ ਤੋਂ ਸਿੱਖਿਆ ਹੈ ਜੀ ਉਸਤਾਦ ਜੀ ਇੱਦਾਂ ਹੈ ਜਿੱਦਾਂ ਸਾਹਿਬ ਵੀ ਤੁਹਾਡੇ ਉਸਤਾਦ ਕਹਿ ਸਕਦੇ ਹੋ ਉਹਨਾਂ ਜੀ 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 ਸੁਨੀਤਾ ਜੀ ਤੁਹਾਨੂੰ ਇਸ ਖੇਤਰ ਦੇ ਵਿੱਚ ਫਿਰ ਪੱਕੇ ਪੈਰੀਆਂ ਆਉਣ ਦਾ ਕਦੋਂ ਤੁਹਾਡਾ ਉਹ ਕਦੋਂ ਮਨ ਬਣਿਆ ਜਾਂ ਕਦੋਂ ਸਬੱਬ ਬਣਿਆ ਮੈਂ ਖੰਨੇ ਨਾ ਜਦੋਂ ਮੈਂ ਖੰਨੇ ਜੋਬ ਕਰਨ ਲੱਗ ਗਈ ਹੋਸਪਿਟਲ ਦੇ ਵਿੱਚ ਅਤੇ ਉੱਥੇ ਸਾਡੀ ਮਤਲਬ ਘਰ ਦੇ ਕੋਲ ਇੱਕ ਲੇਡੀ ਸੀਗੀ ਪਰਮਜੀਤ ਉਹਨਾਂ ਨੇ ਫਿਰ ਮੈਨੂੰ ਇੱਧਰ ਮਿਲਾਇਆ ਜੀਤਾ ਭਾਈ ਅੱਛਾ ਜੀ ਕਿਉਂਕਿ ਮੈਂ ਬਿਲਕੁਲ ਮੈਨੂੰ ਆਉਂਦਾ ਨਹੀਂ ਸੀ ਐਕਟਿੰਗ ਕਰਨੀ ਨਹੀਂ ਆਉਂਦੀ ਸੀ ਕਿਉਂਕਿ ਗਾਣਾ ਆਉਂਦਾ ਸੀ ਕਿ ਬਸ ਗਾ ਵਧੀਆ ਰਹੀ ਸੀ ਯਾਨੀ ਸਟੇਜ 'ਤੇ ਪੇਸ਼ਕਾਰੀ ਪਰਫੋਰਮੈਂਸ ਕਰਨਾ ਉਹ ਨਹੀਂ ਮੈਨੂੰ ਕੁਛ ਵੀ ਆਉਂਦਾ ਸੀ ਉਹ ਮੈਨੂੰ ਇਹਨਾਂ ਨੇ ਸਿਖਾਇਆ ਸਾਰਾ ਹੀ ਸਟੇਜ ਮਤਲਬ ਖੰਨੇ ਨਹੀਂ ਦੇ ਸੀ ਉਦੋਂ ਜਾਂ ਨਹੀਂ ਮੈਂ ਲੁਧਿਆਣੇ ਆ ਗਈ ਸੀ ਖੰਨੇ ਤੋਂ ਅੱਛਾ ਲੁਧਿਆਣੇ ਆ ਗਏ ਤੁਸੀਂ ਠੀਕ ਹੈ ਹਾਂਜੀ ਅੱਛਾ ਪੱਕੇ ਤੌਰ 'ਤੇ ਤੁਸੀਂ ਲੁਧਿਆਣੇ ਰਹਿ ਰਹੇ ਹੋ ਹਾਂਜੀ ਹੁਣ ਮੈਂ ਲੁਧਿਆਣੇ ਆ ਠੀਕ ਠੀਕ ਅਤੇ ਕਾਫੀ ਮੈਂ ਤਾਂ ਆਪਣੇ ਜ਼ੀਰੋ ਤੋਂ ਸਟਾਰਟ ਕੀਤੀ ਲੁਧਿਆਣੇ ਦੇ ਵਿੱਚ ਆ ਕੇ ਤਾਂ ਮੈਂ ਬੜਾ ਵਧੀਆ ਲੱਗਿਆ ਜੀਤਾ ਜੀ ਨਾਲ ਤੁਹਾਡਾ ਰਾਬਤਾ ਬਣੇ ਨੂੰ ਕਿੰਨਾ 5 ਸਾਲ ਹੋ ਗਏ ਸਾਨੂੰ ਹਾਂਜੀ ਠੀਕ ਹੈ ਜੀ ਉਦੋਂ ਤੋਂ ਤੁਸੀਂ ਇਕੱਠੇ ਪ੍ਰੋਗਰਾਮ ਕਰ ਰਹੇ ਹੋ ਇਕੱਠੇ ਹਨ ਕੀਤੇ ਪ੍ਰੋਗਰਾਮ ਪਰ ਬਹੁਤ ਕੁਝ ਸਿਖਾਇਆ ਮੈਨੂੰ ਇਹਨਾਂ ਨੇ ਸਟੇਜ ਕਿੱਦਾਂ ਲਾਣੀ ਆ ਬੋਲਣਾ ਠੀਕ ਹੈ ਕਿਉਂਕਿ ਗਾਣਾ ਹੀ ਮੈਟਰ ਨਹੀਂ ਕਰਦਾ ਉਹ ਗਾਣਾ ਤਾਂ ਚਲੋ ਮੈਂ ਆਪਣੇ ਫਾਦਰ ਸਾਹਿਬ ਤੋਂ ਲੈ ਲਿਆ ਸੀ ਜਿਹੜਾ ਲੈਣਾ ਉਸ ਤੋਂ ਬਾਅਦ ਬਹੁਤ ਕੁਛ ਆ ਸਟੇਜ ਕਿਸੇ ਨੂੰ ਕਹਿੰਦੇ ਮਾਫ਼ ਨਹੀਂ ਕਰਦੀ ਥੋੜ੍ਹੀ ਜਿਹੀ ਗਲਤੀ ਹੋਈ ਵੀ ਸਟੇਜ ਪਰਾਂ ਮਾਰਦੀ ਜਾ ਕੇ ਬਿਲਕੁਲ ਜੀ ਬਾਕੀ ਸਾਰਾ ਕੁਛ ਛਾਲਾ ਮਾਰਨੀ ਇਹਨਾਂ ਨੇ ਸਿਖਾਈਆਂ ਖੁਦ ਬਹੁਤ ਛਾਲਾ ਮਾਰਦੇ ਸਟੇਜ ਤੇ ਮਤਲਬ ਸਟੇਜ ਬੰਨਣੀ ਆਉਂਦੀ ਇਹਨਾਂ ਨੂੰ ਲੋਕਾਂ ਨੂੰ ਕਿੱਦਾਂ ਬਿਠਾ ਕੇ ਰੱਖਣਾ ਉਹ ਸਭ ਕੁਛ ਫਿਰ ਮੈਂ ਜਿਨ੍ਹਾਂ ਦੇ ਸ਼ਾਗਿਰਦ ਨੇ ਉਹ ਮਹਾਨ ਫਨਕਾਰ ਨੇ ਬਾਬਾ ਜੀ ਉਹਨਾਂ ਦੇ ਕਿਆ ਕਹਿਣੇ ਆ ਫਿਰ ਮਾਨਕ ਸਾਹਿਬ ਹੁਣ ਜ਼ਿਕਰ ਕਰ ਰਹੇ ਨੇ ਉਹਨਾਂ ਦੇ ਨਾਲ ਇਹਨਾਂ ਦੇ ਗੀਤ ਸਾਰੀ ਮਾਰਕੀਟ ਦੇ ਵਿੱਚ ਬੜੇ ਪੱਕੇ ਪੈਰੀ ਵਿਚਰੇ ਨੇ ਬਾਪੂ ਸੇਵਾ ਸਿੰਘ ਨੌਰਥ ਹੋਰਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਰਹਿਣ ਮਾਈ ਹੇਠ ਕੰਮ ਕਰਦੇ ਨੇ ਇਹ ਤਾਂ ਸਾਰਾ ਇਹਨਾਂ ਕੋਲ ਤਜਰਬਾ ਹੈ ਹੀ
ਤੇ ਤੁਸੀਂ ਫਿਰ ਰਿਕਾਰਡਿੰਗ ਦਾ ਜਿਹੜਾ ਤੁਹਾਡਾ ਸਿਲਸਿਲਾ ਗੀਤਾਂ ਦਾ ਉਹ ਕਦੋਂ ਸ਼ੁਰੂ ਹੋਇਆ? ਬਸ ਫਿਰ ਇਹਨਾਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀਗਾ। ਇਹਨਾਂ ਨੇ ਗਾਣੇ ਕੀਤੇ, ਅਸੀਂ ਕੀਤੇ, ਕਾਫੀ ਸਾਡੇ ਗਾਣੇ ਆਏ ਯੂਟਿਊਬ ਤੇ, ਲੋਕਾਂ ਦਾ ਹੁੰਗਾਰਾ ਜਿਹੜਾ ਅਸੀਂ ਦੇਖਿਆ ਕਿ ਵਧੀਆ ਮਿਲਦਾ। ਜਲੰਧਰ ਦੂਰਦਰਸ਼ਨ ਤੇ ਗਾਣੇ ਕੀਤੇ ਅਸੀਂ ਸ਼ੁਰੂ, ਠੀਕ ਆ, ਲਗਾਤਾਰ ਹੀ ਫਿਰ ਸਾਡੀ ਐਡ ਰਹੀ। ਆਏ ਇਹੀ ਸਾਲ ਇੱਦਾਂ ਦਾ ਰਿਹਾ, ਅਸੀਂ ਐਡ ਨਹੀਂ ਕੀਤੀ ਆਪਣੀ ਕਰੋਨੇ ਕਰਕੇ, ਖਾਸ ਕਰਕੇ ਫਾਇਦਾ ਵੀ ਨਹੀਂ ਸੀਗਾ ਕਰੋਨਾ ਦਾ ਕਰਕੇ, ਪ੍ਰੋਗਰਾਮ ਵੀ ਸਾਰੇ ਦੂਰਦਰਸ਼ਨ ਦੇ ਬੰਦ ਆ, ਹਾਂਜੀ ਸਾਡਾ ਪ੍ਰੋਗਰਾਮ ਵੀ ਬੰਦ ਆ, ਹੁਣ ਵੇਖੋ ਕਦੋਂ ਚੱਲਦੇ ਆ। ਫਿਰ ਸ਼ੁਰੂਆਤ ਕਰਦੇ ਆ ਦੁਬਾਰਾ, ਆਪਾਂ ਸਾਰਿਆਂ ਨੂੰ ਕਰਨੀ ਪੈਣੀ ਆ। ਬਿਲਕੁਲ ਜੀ, ਬਿਲਕੁਲ। ਇਹਨਾਂ ਦੇ ਨਾਲ ਮੇਰਾ 5 ਸਾਲਾਂ ਦਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਬਹੁਤ ਕੁਝ ਸਿੱਖਿਆ ਹੋਇਆ। ਕਿੰਨੇ ਕੁ ਪ੍ਰੋਗਰਾਮ ਲਾਏ 5 ਸਾਲਾਂ ਦੇ ਵਿੱਚ ਜੀਤਾ ਭਾਅ ਜੀ ਤੁਸੀਂ, ਤੁਹਾਡੀ ਜੋੜੀ ਨੇ? ਭਾਅ ਜੀ ਅਸੀਂ ਮਤਲਬ ਦੱਸ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਕੋਠੀ ਵੀ ਲੁਧਿਆਣੇ ਬਣਾਈ ਹੈ। ਵਾਹ। ਅਤੇ ਉੱਥੇ ਵੀ ਇਹਨਾਂ ਦੀ ਜਾਇਦਾਦ ਖੰਨੇ ਹੈਗੀ ਹੈ। ਜੀ ਜੀ ਜੀ। ਇਹ ਲਗਾਤਾਰ ਹੀ ਸ਼ੋਅ ਸਾਡੇ ਲੱਗਦੇ ਰਹੇ ਆ, ਲਗਾਤਾਰ ਹੀ ਜਲੰਧਰ ਦੂਰਦਰਸ਼ਨ 'ਤੇ ਜਿਹੜੇ ਸਾਡੇ ਪ੍ਰੋਗਰਾਮ ਚੱਲਦੇ ਰਹੇ ਆ। ਜੀ। ਉਹਦੇ ਵਿੱਚ ਇੱਕ ਨਾਮ ਹੈ ਸਰਦਾਰ ਕਰਨੈਲ ਸਿੰਘ ਜੀ ਜਾਂਗੜੀਵਾਲ, 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 ਜਿਹਨਾਂ ਦਾ ਅੱਜ ਕੱਲ੍ਹ ਬੇਟਾ ਕਾਫੀ ਹਿੱਟ ਆ, ਸਿੰਘਾ ਬੋਲਦਾ ਵੀਰੇ, ਠੀਕ ਹੈ ਜੀ। ਹਾਂਜੀ, ਕਰਨੈਲ ਸਿੰਘ ਜਾਂਗੜੀਵਾਲ ਜੀ ਜਿਹੜੇ ਨੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਉਹ ਸਿੰਘਾ ਹੋਰਾਂ ਦੇ ਫਾਦਰ ਸਾਹਿਬ ਨੇ। ਅੱਛਾ ਜੀ। ਅਤੇ ਉਹ ਫਿਰ ਲਗਾਤਾਰ ਜਿੱਦਾਂ ਉੱਥੇ ਸੁਖਦੇਵ ਸਿੰਘ ਭਾਮ, ਸੁਖਦੇਵ ਭਾਮ ਜੀ, ਦੇਸ਼ ਬੰਧੂ ਜੀ, ਜੀ ਸਾਬੀ ਈਸਪੁਰੀ ਜੀ, ਠੀਕ ਆ, ਸਾਬੀ ਮਾਲਪੁਰੀ ਜੀ, ਉਹਨਾਂ ਦੇ ਵੀ ਗੀਤ ਕਾਫੀ ਸਾਰੇ ਜਿਹੜੇ ਆ ਜਲੰਧਰ ਦੂਰਦਰਸ਼ਨ 'ਤੇ ਅਸੀਂ ਲਵਾਉਂਦੇ ਰਹੇ ਆ, ਠੀਕ ਆ, ਔਰ ਨਾਲ ਵੀ ਉਹ ਜਾ ਕੇ ਸਾਡੇ ਜਿਹੜੇ ਗੀਤ ਆ ਪੇਸ਼ ਕਰਵਾਉਂਦੇ ਰਹੇ ਆ। ਅੱਛਾ ਜੀ। ਅਤੇ ਜਦੋਂ ਤੁਹਾਨੂੰ ਪਤਾ ਐਡ ਹੋਵੇ ਤਾਂ ਫਿਰ ਕਲਾਕਾਰ ਪ੍ਰੋਗਰਾਮ ਮਿਲਦੇ ਆ। ਬਿਲਕੁਲ ਜੀ ਬਿਲਕੁਲ, ਜ਼ਮਾਨਾ ਹੀ ਇੱਦਾਂ ਦਾ ਜੋ ਕਹਿੰਦੇ ਦਿਖਦਾ ਉਹ ਵਿਖਦਾ। ਅਤੇ ਫਿਰ ਇਹਦਾ ਮਤਲਬ ਵੀ ਤੁਸੀਂ ਕਾਫੀ ਪ੍ਰੋਗਰਾਮ ਤੁਹਾਨੂੰ ਮਾਰਕੀਟ 'ਚ ਕੰਮ ਮਿਲਿਆ? ਹਾਂਜੀ ਹਾਂਜੀ। ਅਤੇ ਰਿਕਾਰਡਿੰਗ 'ਤੇ ਰਿਕਾਰਡਿੰਗ ਤੁਹਾਡੀ ਆਉਂਦੀ ਰਹੀ, ਚੱਲਦਾ ਰਿਹਾ ਕੰਮ, ਕੋਈ ਵਿਦੇਸ਼ੀ ਟੂਰ ਇਹਨਾਂ ਸਾਲਾਂ ਦੇ ਦੌਰਾਨ ਕੀਤਾ ਤੁਸੀਂ? ਨਹੀਂ, ਇਹਨਾਂ ਸਾਲਾਂ ਦੇ ਦੌਰਾਨ ਫਿਰ ਵਿਹਲ ਹੀ ਨਹੀਂ ਮਿਲੀ ਜੀ, ਕੰਮ ਹੀ ਇੰਨਾ ਮਿਲਿਆ ਇੱਥੇ ਬਾਬੇ ਦੀ ਕਿਰਪਾ। ਬੜੀ ਬਾਬੇ ਦੀ ਕਿਰਪਾ ਫੁੱਲ ਰਹੀ, ਮੈਂ ਤੁਹਾਨੂੰ ਦੱਸੀ ਜਾਂਦਾ ਵੀ ਸੁਨੀਤਾ ਜੀ ਨੇ ਬਹੁਤ ਵਧੀਆ ਕੋਠੀ ਬਣਾਈ ਹੈ ਲੁਧਿਆਣੇ ਆ ਕੇ। ਸੁਨੀਤਾ ਜੀ ਨੇ ਬਣਾਈ, ਤੁਸੀਂ ਵੀ ਤਾਂ ਬਣਾਈ ਹੋਊਗੀ। ਅੱਛਾ, ਤੁਸੀਂ ਸ਼ੁਰੂਆਤ ਕੀਤੀ ਸੋਲੋ ਤੋਂ? ਹਾਂਜੀ। ਸਾਗਾ ਦੇ ਵਿੱਚ ਤੁਹਾਡੀ ਟੇਪ ਆਈ? ਹਾਂਜੀ। ਇਹ ਡਿਊਟ ਵਾਲੇ ਪਾਸੇ ਆਉਣ ਦਾ ਫਿਰ ਕਿਵੇਂ ਸੋਚਿਆ ਵੀ ਇਹ ਕਰਨਾ ਚਾਹੀਦਾ? ਡਿਊਟ ਪਾਸੇ ਜੀ ਮੈਂ ਗੀਤ ਮੇਰਾ ਪਾਪਾ ਜੀ ਨੇ ਕਰਵਾਇਆ ਸੀਗਾ, ਸੇਵਾ ਸਿੰਘ ਨੌਥ ਜੀ ਨੇ ਜੀ, ਪ੍ਰਵੀਨ ਭਾਲਟਾ ਜੀ ਨਾਲ। ਅੱਛਾ ਜੀ। ਉਹ ਗੀਤ ਕਾਫੀ ਹਿੱਟ ਹੋ ਗਿਆ ਸੀ, ਸੋਹਣਿਆ ਕਹਾਵੇਂ ਮੁੰਡਾ ਲੰਬੜਾਂ ਦਾ, ਮੈਂ ਵੀ ਕੁੜੀ ਥਾਣੇਦਾਰ ਦੀ। ਅੱਛਾ ਜੀ, ਵਾਹ। ਅਤੇ ਉਸ ਤੋਂ ਬਾਅਦ ਪ੍ਰਵੀਨ ਜੀ ਨਾਲ ਤਾਂ ਇੱਕ ਦੋ ਸਟੇਜਾਂ ਹੀ ਚਾਰ ਕੁ ਕੀਤੀਆਂ ਹੋਣਗੀਆਂ। ਅੱਛਾ, ਸਟੇਜਾਂ ਵੀ ਕੀਤੀਆਂ? ਹਾਂਜੀ, ਪਰ ਉਸ ਤੋਂ ਜਿਹੜੀ ਜ਼ਿਆਦਾ ਸਟੇਜ ਅਸੀਂ ਲਾਈਆਂ ਆ ਉਹ ਸਾਡੇ ਨਾਲ ਗਰਲੇਜ ਅਖਤਰ ਜੀ ਬਹੁਤ ਹਿੱਟ ਨੇ। ਬਿਲਕੁਲ, ਵਾਹ। ਅੱਜ ਵੀ ਬਹੁਤ ਹਿੱਟ ਨੇ। ਕੀ ਬਾਤ ਹੈ। ਹਰਨੀਤ ਨੀਤੂ ਜੀ, ਹਰਨੀਤ ਨੀਤੂ ਜੀ, ਨੀਤੂ ਜੀ ਨਾਲ ਕਿੰਨਾ ਤੁਸੀਂ ਕੰਮ ਕੀਤਾ? ਨੀਤੂ ਜੀ ਦੇ ਨਾਲ ਵੀ ਅਸੀਂ 2-3 ਸਾਲ ਜਾਣੇ ਲਗਾਤਾਰ। ਗੁਰਲੇਜ ਜੀ ਦੇ ਨਾਲ? ਉਸ ਤੋਂ ਬਾਅਦ ਗੁਰਲੇਜ ਅਖਤਰ ਜੀ ਨਾਲ ਘੱਟ ਤੋਂ ਘੱਟ 3-4 ਸਾਲ ਲਗਾਤਾਰ ਕੰਮ ਕੀਤਾ। ਹਾਂਜੀ। ਅੱਛਾ ਜੀ, ਵਾਹ। ਤੇ ਬਹੁਤ ਵਧੀਆ ਨੇਚਰ ਸੀ, ਬਹੁਤ ਅੱਛੇ ਸੁਭਾਅ ਦੀ ਉਹ ਕੁੜੀ ਆ। ਅੱਜ ਵੀ ਇੱਕ ਬਹੁਤ ਵੱਡਾ ਸ਼ੋਅ ਹੋ ਰਿਹਾ ਸੀ, ਤੁਹਾਨੂੰ ਪਤਾ ਅੱਜ ਬਹੁਤ ਹਿੱਟ ਆ ਉਹ। ਜੀ 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 ਜੀ। ਉਹ ਦੂਰੋਂ ਹੀ ਦੇਖ ਕੇ ਉਹਨਾਂ ਨੇ ਆਵਾਜ਼ ਮਾਰਨੀ ਸ਼ੁਰੂ ਕਰ ਦੀ, ਸਾਡੇ ਜੀਤਾ ਭਾਅ ਜੀ ਆ ਕੇ, ਜਿਨ੍ਹਾਂ ਨਾਲ ਅਸੀਂ ਕਾਫੀ ਪ੍ਰੋਗਰਾਮ ਲਾਏ ਆ। ਤਾਂਹੀਓ ਹਿੱਟ ਆ ਜੀ। ਵੇਖੋ ਉਹ ਸਟਾਰਟਿੰਗ ਦੇ ਦੌਰਾਨ, ਸ਼ੁਰੂਆਤ ਦੇ ਦੌਰਾਨ ਤੁਹਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕੀਤਾ ਹੋਣਾ, ਅਤੇ ਉਹਨਾਂ ਦੀ ਖੂਬੀ ਆਏ ਵੀ ਤੁਹਾਨੂੰ ਨਹੀਂ ਤਾਂ ਕੁਝ ਬੰਦੇ ਅੱਜ ਕੱਲ੍ਹ ਉਹ ਕਹਿੰਦੇ ਫਲਾਣਾ ਤੁਰਿਆ ਫਿਰਦਾ ਮੇਲੇ 'ਚ ਕਈ, ਹੈ ਨਾ, ਉਹਨਾਂ ਤੁਹਾਨੂੰ ਹੈਲੋ ਹਾਏ ਤੁਹਾਡਾ ਹਾਲ ਚਾਲ ਪੁੱਛਿਆ, ਇੰਨੀ ਬੜੀ ਵੱਡੀ ਗੱਲ ਹੁੰਦੀ ਆ ਅੱਜ ਇੱਕ ਏਡੇ ਵੱਡੇ ਸਟਾਰ ਹੋਣ ਦੇ ਬਾਵਜੂਦ। ਜਦ ਵੀ ਮਿਲਦੀ ਆ ਉਹ, ਜਦ ਵੀ ਕਿਸ ਕੋਈ ਵੀ ਪ੍ਰੋਗਰਾਮ ਹੋਵੇ ਨਾਮ ਬੋਲਣਾ ਹੀ ਬੋਲਣਾ, ਇਹਨਾਂ ਨੂੰ ਕਹਿੰਦੇ ਹੁੰਦੇ ਆ ਆਟੋਗ੍ਰਾਫ ਘਰੇ ਤਾਂ ਨਹੀਂ ਭੁੱਲਿਆ। ਠੀਕ ਠੀਕ ਹੈ, ਮਾਹੌਲ ਫਿਰ ਆਸਾ ਮਾਹੌਲ ਚੱਲ ਜਾਂਦਾ ਮਜ਼ਾਕ, ਕਿਉਂਕਿ ਸਮਕਾਲੀ ਹੋਈ ਦਾ ਇਕੱਠੇ ਸੰਘਰਸ਼ ਦੇ ਦੌਰਾਨ ਕੰਮ ਕੀਤਾ, ਵਧੀਆ ਗੱਲ ਆ। ਅਤੇ ਇਹ ਜਿਹੜਾ ਸਿਲਸਿਲਾ ਤੁਹਾਡਾ ਚੱਲ ਰਿਹਾ, ਹੁਣ ਤਾਂ ਚਲੋ ਆ ਲੋਕਡਾਊਨ ਦੇ ਦੌਰਾਨ ਪ੍ਰੋਗਰਾਮ ਬੰਦ ਨੇ, ਅਤੇ ਅੱਜ ਕੱਲ੍ਹ ਕੀ ਰੁਝੇਵੇਂ ਆ? ਕਿਵੇਂ ਤੁਸੀਂ ਦੱਸਿਆ ਪਹਿਲਾਂ ਰਿਕਾਰਡਿੰਗਾਂ ਚੱਲ ਰਹੀਆਂ, ਅਤੇ ਤੁਹਾਡੇ ਡਿਊਟ ਚੱਲ ਰਹੇ ਨੇ, ਗੀਤ ਜਿਹੜੇ ਰਿਕਾਰਡਿੰਗ ਚੱਲਦੀ ਆ ਕਿ ਜਾਂ ਸੋਲੋ ਵਗੈਰਾ ਕੋਈ? ਸਾਡੇ ਸੋਲੋ ਵੀ ਚੱਲ ਰਹੇ ਆ ਜੀ। ਅੱਛਾ ਜੀ। ਅਤੇ ਡਿਊਟ ਵੀ ਚੱਲ ਰਹੇ ਆ, ਜਿੱਦਾਂ ਮੱਲ ਸਿੰਘ ਚੀਮਾ, ਮੱਲ ਜੀ ਚੀਮਾ ਜੀ ਦਾ ਹੈਗਾ ਗੀਤ, ਇੱਕ ਸੋਨੇ ਦੀ ਤਵੀਤੜੀ ਵਾਲਾ ਹੁਣ ਨਵਾਂ ਆ ਰਿਹਾ। ਅੱਛਾ ਜੀ। ਉਹ ਵੀ ਕਾਫੀ ਅੱਛੇ ਲੈਵਲ 'ਤੇ, ਅਸੀਂ ਉਹਦੀ ਵੀਡੀਓ ਕਰਨੀ ਆ। ਠੀਕ ਹੈ ਜੀ। ਅਤੇ ਬਾਕੀ ਹੋਰ ਗੀਤ ਬਹੁਤ ਸਾਰੇ, ਜਿੱਦਾਂ ਤੁਹਾਨੂੰ ਦੱਸਿਆ ਵੀ ਬਾਪੂ ਜੀ ਦੇ ਗੀਤ ਅੱਜ ਵੀ ਨੌਰਥ ਸਾਹਿਬ ਦੇ, ਹਾਂਜੀ ਉਹ ਨਵੇਂ ਹੀ ਆ, ਔਰ ਜਿਹੜੇ ਇਹਨਾਂ ਦੇ ਸ਼੍ਰੀ ਕੁਲਦੀਪ ਮਾਣਕ ਸਾਹਿਬ ਨੇ ਗੀਤ ਗਾਏ ਆ ਜੀ, ਉਹ ਮੈਨੂੰ ਬਹੁਤ ਪਸੰਦ ਹੈ, ਮੈਂ ਬਚਪਨ ਤੋਂ ਗਾਉਂਦਾ ਜੀ। ਨਹੀਂ ਉਹ ਕੈਸੇ ਲੋਕ ਗੀਤ ਆ, ਉਹ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਲੋਕ ਗੀਤਾਂ ਦਾ ਰੁਤਬਾ ਉਹਨਾਂ ਨੂੰ ਹਾਸਲ ਹੋਇਆ ਉਹਨਾਂ ਗੀਤਾਂ ਨੂੰ। ਕੋਈ ਗੀਤ ਮੈਂ ਚਾਹੁੰਦਾ ਦਰਸ਼ਕਾਂ ਦੀ ਨਜ਼ਰ ਕਰੋ ਤੁਹਾਡਾ, ਜਿਹੜਾ ਤੁਸੀਂ ਸਟੇਜਾਂ 'ਤੇ, ਤੁਹਾਡੇ ਕੋਲ ਫਰਮਾਇਸ਼ ਵੀ ਆਉਂਦੀ ਹੋਵੇ ਉਹਦੀ, ਜਾਂ ਤੁਹਾਡਾ ਜਿਹੜਾ ਆਪਣਾ ਮਨਪਸੰਦ ਹੋਵੇ, ਹਾਂਜੀ, ਸਾਡੇ ਦਰਸ਼ਕਾਂ ਨੂੰ
ਚੰਨ ਮੱਖਣਾ ਵੇ ਮੇਰਾ ਲੱਗਦਾ ਨੀ ਜੀ ਬਹੁਤੀ ਨੀ ਸੁਣੀ ਦੀ ਹੁੰਦੀ ਗੱਲ ਦਿਲ ਦੀ ਚੰਨ ਮੱਖਣਾ ਵੇ ਮੇਰਾ ਲੱਗਦਾ ਨੀ ਜੀ ਬਹੁਤੀ ਨੀ ਸੁਣੀ ਦੀ ਹੁੰਦੀ ਗੱਲ ਦਿਲ ਦੀ ਵੇ ਅੱਖ ਤੇਰੇ ਨਾਲ ਲੜਦੀ ਆ ਵੇ ਅੱਖ ਤੇਰੇ ਨਾਲ ਲੜਦੀ ਆ ਦਿਲ ਨੂੰ ਟਿਕਾਣੇ ਰੱਖੀਏ ਟਿਕਾਣੇ ਰੱਖੀਏ ਗੁੱਡੀ ਹੌਲੀ ਹੌਲੀ ਚੜਦੀ ਆ ਨੀ ਗੁੱਡੀ ਹੌਲੀ ਹੌਲੀ ਚੜਦੀ ਆ ਚੋਣ ਵਾਲਿਆਂ ਦਾ ਏਦਾਂ ਦਿਲ ਵੀ ਨੀ ਤੋੜੀਦਾ ਲੜੇ ਨੀ ਐਡੀ ਛੇਤੀ ਰਿਸ਼ਤਾ ਨੀ ਜੋੜੀਦਾ ਚੋਣ ਵਾਲਿਆਂ ਦਾ ਏਦਾਂ ਦਿਲ ਵੀ ਨੀ ਤੋੜੀਦਾ ਸੋਹਣੀਏ ਨੀ ਐਡੀ ਛੇਤੀ ਰਿਸ਼ਤਾ ਨੀ ਜੋੜੀਦਾ ਨਾ ਬਹਾਨੇ ਜਿੰਦ ਕੜਦੀ ਆ ਨਾ ਬਹਾਨੇ ਜਿੰਦ ਕੜਦੀ ਆ ਹੋ ਦਿਲ ਨੂੰ ਟਿਕਾਣੇ ਰੱਖੀਏ ਟਿਕਾਣੇ ਰੱਖੀਏ ਗੁੱਡੀ ਹੌਲੀ ਹੌਲੀ ਚੜਦੀ ਆ ਨੀ ਗੁੱਡੀ ਹੌਲੀ ਹੌਲੀ ਚੜਦੀ ਆ ਜੀਤਾ ਜੀ ਗੀਤ ਆ ਤੁਸੀਂ ਸੱਭਿਆਚਾਰਕ ਪੇਸ਼ ਕੀਤਾ ਬੜਾ ਹਾਂਜੀ ਗੀਤ ਖਾਸ ਕਰਕੇ ਦੁਗਾਣੀ ਦੀ ਮੈਂ ਗੱਲ ਕਰਾਂਗਾ ਹਾਂਜੀ ਤੁਹਾਡੇ ਹਿਸਾਬ ਮੁਤਾਬਕ ਖਿਆਲ ਮੁਤਾਬਕ ਕਿੱਦਾਂ ਦਾ ਹੋਣਾ ਚਾਹੀਦਾ ਦੁਗਾਣਾ ਦੁਗਾਣਾ ਸਮਾਜਿਕ ਪਰਿਵਾਰਕ ਜਾਂ ਵੱਡੇ ਟੋਕ ਵਾਲੇ ਚੱਲਦੇ ਆ ਜਾਂ ਕਈ ਬਾਹਲੇ ਦੋ ਅਰਥੀ ਵੀ ਗੀਤ ਚੱਲਦੇ ਆ ਐਕਚੁਲੀ ਵੀਰ ਜੀ ਜਿਹੜੇ ਗੀਤ ਨੇ ਗੀਤ ਉਹੀ ਹੋਣੇ ਚਾਹੀਦੇ ਨੇ ਜਦੋਂ ਆਪਾਂ ਟੀ ਵੀ ਲਾਉਂਦੇ ਹਾਂ ਆਪਣੀਆਂ ਬੱਚੀਆਂ ਵੀ ਬੈਠੀਆਂ ਹੁੰਦੀਆਂ ਨੇ ਭੈਣਾਂ ਵੀ ਬੈਠੀਆਂ ਹੁੰਦੀਆਂ ਨੇ ਸਾਰੀ ਫੈਮਿਲੀ ਬੈਠੇ ਹੁੰਦੇ ਹਾਂ ਸੋ ਗੀਤ ਗੀਤ ਆ ਪਰ ਉਸ ਤੋਂ ਇਲਾਵਾ ਜਿਹੜੇ ਵੀਡੀਓ ਅੱਜ ਕੱਲ੍ਹ ਬਹੁਤ ਨਗੇਜ ਵਾਲੇ ਆ ਰਹੇ ਆ ਜਦੋਂ ਗੀਤ ਫੈਮਿਲੀ ਵਿੱਚ ਦੇਖਦੇ ਹਾਂ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਬੇਨਤੀ ਕਰਾਂਗਾ ਵੀ ਜਿਹੜੇ ਵਧੀਆ ਗੀਤਕਾਰ ਨੇ ਵਧੀਆ ਲਿਖਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਅੱਜ ਕੱਲ੍ਹ ਦੀ ਜਿਹੜੀ ਮੈਂ ਤਾਂ ਕਹਾਂਗਾ ਸੁਣਨ ਵਾਲੇ ਬੰਦੇ ਗਲਤ ਆ ਜਿਹੜੀ ਮੰਡੀ ਟੈਪ ਗਾਉਂਦੇ ਆ ਉਹਦੇ ਨਾਲੋਂ ਜਿਹੜੇ ਅੱਛੀ ਲਾਈਨਾਂ ਲਿਖੀਆਂ ਜਾਣ ਅੱਛਾ ਕੁਛ ਗਾਇਆ ਜਾਵੇ ਉਹ ਠੀਕ ਲੱਗਦਾ ਜੀ ਸੁਣਨ ਵਾਲੇ ਗਲਤ ਚਲੋ ਇਹ ਠੀਕ ਹੈ ਤੁਹਾਡੀ ਗੱਲ ਪਰ ਉਹਨਾਂ ਅੱਗੇ ਰੱਖਿਆ ਜੀ ਉਹ ਸਮਾਨ ਜਾ ਰਿਹਾ ਵੀ ਇਹ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਵਾਰ ਵਾਰ ਚਲਾ ਕੇ ਚੈਨਲਾਂ 'ਤੇ ਹੈ ਨਾ ਵੀ ਸੁਣਨਾ ਹੀ ਪੈਣਾ ਗਾ ਉਹ ਸਾਡੀ ਨੌਜਵਾਨ ਪੀੜ੍ਹੀ ਛੇਤੀ ਉਹਨਾਂ 'ਤੇ ਅਸਰ ਹੁੰਦਾ ਅਤੇ ਉਹ ਉਹਨੂੰ ਚੱਕਦੇ ਆ ਗੱਲ ਨੂੰ ਹਾਂ ਜੇ ਚੀਜ਼ ਚੰਗੀ ਉਹਨਾਂ ਅੱਗੇ ਰੱਖੀ ਜਾਵੇ ਪਰੋਸੀ ਜਾਵੇ ਤਾਂ ਮੇਰਾ ਖਿਆਲ ਉਹ ਵੀ ਤਾਂ ਚੱਲਦੀ ਆ ਵਿਕਦੀ ਆ ਜਿਵੇਂ ਤੁਸੀਂ ਤੁਹਾਡਾ ਗੀਤ ਕੋਈ ਅਜਿਹਾ ਨਹੀਂ ਗਾ ਹੋ ਸਕਦਾ ਉਹਨੂੰ ਥੋੜ੍ਹਾ ਟਾਈਮ ਲੱਗ ਜੇ ਉਹਨੂੰ ਵਿਕਦੀ ਨੂੰ ਉਹਨੂੰ ਲੋਕਾਂ ਦੇ ਵਿੱਚ ਵਿਚਰਦੀ ਚੀਜ਼ ਨੂੰ ਅਤੇ ਪਰ ਉਹਦਾ ਅਸਰ ਜਿਹੜਾ ਉਹ ਲੰਮਾ ਸਮਾਂ ਜ਼ਰੂਰ ਰਹਿੰਦਾ ਜਿੱਦਾਂ ਦੇ ਤੁਹਾਡੇ ਗੀਤ ਲੋਕ ਤੱਥ ਵਗੈਰਾ ਜਾਂ ਹੋਰ ਅਤੇ ਆਉਣ ਵਾਲਾ ਜਿਹੜਾ ਪਲੈਨਿੰਗ ਤੁਹਾਡੀ ਉਹ ਤਾਂ ਤੁਸੀਂ ਦੱਸਦੇ ਵੀ ਗੀਤ ਜਿਹੜੇ ਉਹ ਆ ਰਹੇ ਆ ਕੁਝ ਕਰ ਰਹੇ ਹਾਂ ਕਿੰਨੀ ਕੁ ਜਲਦੀ ਸਰੋਤਿਆਂ ਨੂੰ ਤੁਹਾਡੇ ਗੀਤ ਅਸੀਂ ਆਸ ਕਰਦੇ ਹਾਂ ਵੀ ਉਹ ਕੋਸ਼ਿਸ਼ ਕਰ ਰਹੇ ਹਾਂ ਜੀ ਕਿਉਂਕਿ ਸਟੂਡੀਓ ਵੀ ਆਪਦਾ ਮੇਰਾ ਜੀ ਅੱਛਾ ਜੀ ਉਸ ਗੱਲ ਦਾ ਬਹੁਤ ਵੱਡਾ ਫਾਇਦਾ ਹੋ ਜਾਂਦਾ ਜੀ ਬਿਲਕੁਲ ਜੀ ਅਤੇ ਇਸ ਕਰਕੇ ਗੀਤ ਤਾਂ ਸਾਡੇ ਤਕਰੀਬਨ ਰੈਡੀ ਹੈ ਫਿਰ ਤੁਸੀਂ ਮਿਊਜ਼ਿਕ ਵੀ ਆਪ ਕਰਦੇ ਹੋ ਨਹੀਂ ਮਿਊਜ਼ਿਕ ਕਰਦਾ ਮੁੰਡਾ ਰੱਖਿਆ ਹੋਇਆ ਅੱਛਾ ਜੀ ਮੁੰਡੇ ਮਿਊਜ਼ਿਕ ਡਾਇਰੈਕਟਰ ਆ ਕੇ ਕਰ ਜਾਂਦੇ ਆ ਠੀਕ ਆ ਵੈਸੇ ਮੇਰਾ ਬੇਟਾ ਵੀ ਕਰਦਾ ਇੱਕ ਭਾਣਜਾ ਮੁੰਡਾ ਸਾਡਾ ਉਹ ਵੀ ਕਰਦਾ ਠੀਕ 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 ਆ ਕੈਰੀ ਸਿੰਘ ਔਰ ਸਾਡੇ ਬੰਟੀ ਚੌਹਾਨ ਜੀ ਵਾਹ ਉਹ ਵੀ ਕਰਦੇ ਆ ਠੀਕ 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 ਸਾਡੀ ਟੀਮ ਆ ਪੂਰੀ ਅਸੀਂ ਰਲ ਮਿਲ ਕੇ ਕਰਦੇ ਟੀਮ ਆ ਠੀਕ ਹੈ ਜੀ ਹਾਂਜੀ ਅਰਸ਼ਕੋ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਆ ਮੇਰੇ ਨਾਲ ਨੇ ਜੀਤਾ ਪਵਾਰ ਅਤੇ ਸੁਨੀਤਾ ਖੰਨੇ ਵਾਲੇ ਸੁਨੀਤਾ ਜੀ 5 ਸਾਲ ਹੋ ਗਏ ਤੁਸੀਂ ਦੱਸਿਆ ਇਹਨਾਂ ਦੇ ਨਾਲ ਕੰਮ ਕਰਦੇ ਹਾਂ ਹਾਂਜੀ ਇਹਨੇ ਸਮੇਂ ਦੇ ਦੌਰਾਨ ਕਦੀ ਕਿਸੇ ਹੋਰ ਵੱਲੋਂ ਤੁਹਾਨੂੰ ਕੋਈ ਔਫਰ ਆਈ ਆ ਵੀ ਆ ਜਾ ਪ੍ਰੋਗਰਾਮ ਹੈ ਨਹੀਂ ਗਏ ਜਾਂ ਘੱਟ ਆ ਆਪਾਂ ਜੋੜੀ ਬਣਾਉਂਦੇ ਹਾਂ ਇੰਝ ਕਰ ਦਿਆਂਗੇ ਉਂਝ ਕਰ ਦਿਆਂਗੇ ਕਿਸੇ ਹੋਰ ਗਾਇਕ ਵੱਲੋਂ ਅਕਸਰ ਹੁੰਦਾ ਰਹਿੰਦਾ ਡਿਊਟ ਜੋੜੀਆਂ ਨੂੰ ਉਹ ਤਾਂ ਮੋਸਟਲੀ ਸਭ ਨੂੰ ਆਉਂਦੀ ਪ੍ਰੋਬਲਮ ਤਾਂ ਇਹ ਤਾਂ ਹੈ ਬਹੁਤ ਨਹੀਂ ਕਿਹਾ ਵੀ ਆ ਜਾਓ ਇੱਧਰ ਗਾਣੇ ਕਰੋ ਤੁਹਾਡਾ ਕੀ ਜਵਾਬ ਹੁੰਦਾ ਜਾਂ ਰਿਸਪੌਂਸ ਹੁੰਦਾ 5 ਸਾਲ ਤਾਂ ਮੈਂ ਟਿੱਕ ਕੇ ਬੈਠੀ ਠੀਕ ਹੈ ਜੀ 5 ਸਾਲ ਪੁੱਛਿਆ ਇਹਨਾਂ ਨੇ ਮੈਂ ਕਿਹਾ ਗੀਤ ਤੁਸੀਂ ਕਰਿਆ ਕਰੋ ਹੋਰਨਾਂ ਨਾ ਵੀ ਰਿਕਾਰਡਿੰਗਾਂ ਕਰੋ ਕੋਈ ਗੱਲ ਨਹੀਂ ਠੀਕ ਹੈ ਪਰ ਜਦੋਂ ਆਪਣਾ ਕੋਈ ਪ੍ਰੋਗਰਾਮ ਹੋਵੇ ਫਿਰ ਛੱਡ ਕੇ ਨਹੀਂ ਜਾਣਾ ਠੀਕ ਇਸ ਕਰਕੇ ਫਿਰ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਰਹੇ ਅਸੀਂ ਇਕੱਠੇ ਹੀ ਹੁੰਦੇ ਹਾਂ ਅਤੇ ਤਕਰੀਬਨ ਅੱਜ ਕੱਲ੍ਹ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਪ੍ਰੋਗਰਾਮ ਅਤੇ ਜੇ ਕੋਈ ਸੌਂਗ ਰਿਕਾਰਡ ਕਰਵਾਉਂਦਾ ਵੀ ਆ ਅਤੇ ਉਹ ਕੋਈ ਗੱਲ ਨਹੀਂ ਉਹ ਕਰ ਦਿੰਦੇ ਅਸੀਂ ਉਹ ਕਰ ਦਿੰਦੇ ਆ ਠੀਕ 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 ਹਾਂਜੀ ਕੋਈ ਸੋਲੋ ਗੀਤ ਦਰਸ਼ਕਾਂ ਦੀ ਨਜ਼ਰ ਕਰੋਗੇ ਜੀ ਬਿਲਕੁਲ ਸੁਣਾਓ
ਪਹਿਲਾ ਪਿਆਰ ਸੀ ਤੂੰ ਪਾਇਆ ਫਿਰ ਗਲੇ ਨਾਲ ਲਾਇਆ ਉੱਤੇ ਪਲਕਾਂ ਬਿਠਾ ਕੇ ਫਿਰ ਮਿੱਟੀ ਚ ਰੁਲਾਇਆ ਇਸ ਗੱਲੋਂ ਅਸੀਂ ਵਸਦੇ ਜਹਾਨ ਤੋਂ ਚੱਲੇ ਪਹਿਲਾਂ ਦਿਲ ਤੋਂ ਗਏ ਸੀ ਹੁਣ ਜਾਨ ਤੋਂ ਚੱਲੇ ਆਵੇ ਸੱਜਣ ਵੇ ਸੱਜਣ ਤੈਨੂੰ ਵਾਸਤੇ ਕਿਸੇ ਦਾ ਦਿਲ ਤੋੜੀ ਨਾ ਦੁਬਾਰਾ ਤੈਨੂੰ ਵਾਸਤੇ ਕਿਸੇ ਦਾ ਦਿਲ ਤੋੜੀ ਨਾ ਦੁਬਾਰਾ ਕਿਸੇ ਕੰਮ ਨਹੀਂ ਆਉਂਦਾ ਦਿਲ ਟੁੱਟਿਆ ਵਿਚਾਰਾ ਕਿਸੇ ਕੰਮ ਨਹੀਂ ਆਉਂਦਾ ਦਿਲ ਟੁੱਟਿਆ ਵਿਚਾਰਾ ਇਸ ਦੁੱਖੋਂ ਅਸੀਂ ਵਸਦੇ ਜਹਾਨ ਤੋਂ ਚੱਲੇ ਪਹਿਲਾਂ ਦਿਲ ਤੋਂ ਗਏ ਸੀ ਹੁਣ ਜਾਨ ਤੋਂ ਚੱਲੇ ਆਵੇ ਸੱਜਣ ਵੇ ਸੱਜਣ ਬਹੁਤ ਖੂਬ ਜੀ ਬਹੁਤ ਸੁਰੀਲਾ ਜੀ ਤੁਸੀਂ ਦਰਸ਼ਕਾਂ ਨੇ ਨਜ਼ਰ ਕੀਤਾ ਬਹੁਤ ਪਸੰਦ ਆਊਗਾ ਸਾਡੇ ਦਰਸ਼ਕਾਂ ਨੂੰ ਜੀਤਾ ਜੀ ਕਿੰਨੀਆਂ ਕੈਸਟਾਂ ਹੁਣ ਤੱਕ ਚੁੱਕੀਆਂ ਤੁਹਾਡੀਆਂ ਹੁਣ ਤੱਕ ਦੇਖੋ ਜੀ ਸਾਗਾ ਕੰਪਨੀ ਵੱਲੋਂ ਆਈਆਂ ਔਰ ਟੀਸਰੀ 'ਚ ਟੋਟਲ ਟੀ ਪੀ ਐੱਮ ਕਿੰਨੀਆਂ ਬਣਦੀ ਔਰ ਫਰੈਂਕ ਪਿੰਨ ਇੱਕ ਆਈ ਸੀਗੀ ਹਾਂਜੀ ਫੈਂਟੋਨ 'ਚ ਵੀ ਆਇਆ ਸੀ ਗੀਤ ਕਿਉਂਕਿ ਫਿਲਮਾਂ ਆ ਗਈਆਂ ਕਾਫੀ ਆਈਆਂ ਅੱਛਾ ਜੀ ਫਿਲਮਾਂ ਦੇ ਵਿੱਚ ਰੋਲ ਕੁਛ ਇੱਦਾਂ ਦੇ ਹੀ ਹੈ ਮੇਰੇ ਫੀਚਰ ਫਿਲਮਾਂ ਜਾਂ ਟੈਲੀ ਫਿਲਮਾਂ ਨਹੀਂ ਫੀਚਰ ਫਿਲਮਾਂ ਜੀ ਕਿਹੜੀ ਕਿਹੜੀ ਫਿਲਮ ਉਹ ਵੀ ਜ਼ਰਾ ਫਿਲਮ ਦਿੱਲੀ ਤੋਂ ਲਾਹੌਰ ਪਿੱਛੇ ਲੱਗੀ ਰਹੀ ਹੈ ਜੀ ਉਸ ਤੋਂ ਪਹਿਲੇ ਪੁੰਨਿਆ ਦੀ ਰਾਤ ਸੀ ਉਹ 'ਚ ਮੇਰਾ ਪੂਰਾ ਅਖਾੜਾ ਸੀ ਮੇਰੇ 'ਤੇ ਫਿਲਮਾਇਆ ਗਿਆ ਸੀ ਵਾਹ ਅਤੇ ਇੱਕ ਚਮਕੀਲਾ ਜੀ ਦੀ ਜੀਵਨੀ 'ਤੇ ਜਿਹੜੀ ਬਹੁਤ ਵੱਡੀ ਵੱਡੇ ਬਜਟ ਦੀ ਜਿਹੜੀ ਫਿਲਮ ਆ ਰਹੀ ਹੈ ਉਹ 'ਚ ਮੇਰਾ ਸ਼ਿਕਿਰ ਦਾ ਦੀਪਾ ਰਾਏ ਹੀਰੋ ਆ ਅੱਛਾ ਜੀ ਔਰ ਜਿਹੜਾ ਦੀਪਾ ਰਾਏ ਜੀ ਤੁਹਾਡਾ ਸ਼ਿਕਿਰ ਦਾ ਹਾਂਜੀ ਹਾਂਜੀ ਅੱਛਾ ਇਹ ਫਿਲਮ ਦੀ ਗੱਲ ਚੱਲ ਪਈ ਹੈ ਜੀ ਇਹ ਫਿਲਮ ਨੂੰ ਬਣਦਿਆਂ ਬੜੇ ਸਾਲ ਹੋ ਗਏ ਆ ਹਾਂ ਬਿਲਕੁਲ ਜੀ ਲੇਟ ਹੋਣ ਦੇ ਕੀ ਕਾਰਨ ਹੋ ਗਏ ਜੀ ਇਹ ਹੁਣ ਚਲੋ ਅਸੀਂ ਵੀ ਪੋਸਟਰ ਵਗੈਰਾ ਵੇਖੇ ਸੋਸ਼ਲ ਮੀਡੀਆ 'ਤੇ ਖੁਸ਼ੀ ਹੋਈ ਵੀ ਚਲੋ ਇਹ ਫਿਲਮ ਆ ਰਹੀ ਆ ਹਾਂਜੀ ਹਾਂਜੀ ਅੱਛਾ ਉਹ ਤੁਹਾਡਾ ਉਹਦੇ 'ਚ ਰੋਲ ਆ ਕਿ ਜਾਂ ਪਰ ਇਹ ਤੁਹਾਡਾ ਸ਼ਾਗਿਰਦ ਮੇਰਾ ਉਹ 'ਚ ਆਪਣਾ ਵੀ ਰੋਲ ਆ ਉਹ 'ਚ ਅੱਛਾ ਜੀ ਅਤੇ ਮੇਰਾ ਬੇਟਾ ਜਿਹੜਾ ਉਹ ਬਚਪਨ ਦਾ ਹੀਰੋ ਆ ਮੇਰਾ ਬੇਟਾ ਆਪਦਾ ਠੀਕ ਹੈ ਜੀ ਉਹ ਬਚਪਨ ਦਾ ਹੀਰੋ ਆ ਔਰ ਜਿਹੜਾ ਉਹਦਾ ਮੇਨ ਹੀਰੋ ਆ ਮੇਰਾ ਸ਼ਾਗਿਰਦ ਦਾ ਉਹ ਵੀ ਬੇਟਾ ਹੀ ਹੋ ਗਿਆ ਉਹ ਵੀ ਬੇਟਾ ਹੀ ਹੋ ਗਿਆ ਦੀਪਾ ਰਾਏ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਲੇਟ ਹੋਣ ਦਾ ਕਾਰਨ ਇਹਦਾ ਇਹ ਸੀਗਾ ਜੀ ਵੀ ਜਿਸ ਇਨਸਾਨ 'ਤੇ ਫਿਲਮ ਬਣ ਰਹੀ ਹੈ ਜੀ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਕਹਿਣੇ ਕਿ ਜਿੰਨਾ ਵੀ ਉਹਨਾਂ ਦਾ ਕੀਤਾ ਜਾਵੇ ਜ਼ਿਕਰ ਉਹਨਾਂ ਹੀ ਥੋੜ੍ਹਾ ਉਹਨਾਂ ਹੀ ਥੋੜ੍ਹਾ ਹੈ ਇਸ ਕਰਕੇ ਫਿਰ ਉਹ ਫਿਲਮ ਦੇ ਬਿਲਕੁਲ ਉਹ ਇੰਗਲੈਂਡ 'ਚ ਮੁੰਡਾ ਰਹਿੰਦਾ ਆ ਹਾਂਜੀ ਅਤੇ ਉਹ ਤੁਹਾਨੂੰ ਪਤਾ ਹੀ ਹੈ ਵਿਦੇਸ਼ਾਂ 'ਚ ਜਾਣਾ ਆਉਣਾ ਫਿਰ ਬਿਜ਼ਨਸ ਉਹਨੇ ਆਪਣਾ ਸੈੱਟ ਜਿੱਦਾਂ ਵੀ ਰੱਖਿਆ ਕੰਮਕਾਰ ਹਾਂਜੀ ਹੋਰ ਵੇਖਣੇ ਅਤੇ ਉਹ ਕਮੀਆਂ ਜਿੱਦਾਂ ਕਿਸੇ ਨੇ ਕਹਿਣਾ ਵੀ ਇਹਦੇ ਵਿੱਚ ਇੱਥੇ ਇੱਕ ਕਮੀ ਇੱਕ ਕਮੀ ਜਿਹੜੀ ਉਹਦੀ ਪੂਰੀ ਕਰਕੇ ਉਹ ਹੁਣ ਜਿਹੜੀ ਹੈ ਆਪਣੇ ਲੋਕਾਂ ਦੇ ਵੀਰਾਂ ਦੀ ਦਰਸ਼ਕਾਂ ਦੀ ਝੋਲੀ ਪਾ ਰਹੇ ਹਾਂ ਠੀਕ ਹੈ ਜੀ ਔਰ ਬਹੁਤ ਵੱਡੇ ਬਜਟ ਦੀ ਉਹ ਫਿਲਮ ਬਣੀ ਆ ਐਕਚੁਅਲੀ ਜੀ ਉਹ ਜਦੋਂ ਫਿਲਮ ਚੱਲਦੀ ਰਹੀ ਇਹਨੂੰ ਟਾਈਮ ਲੱਗ ਗਿਆ ਬਣਨ ਨੂੰ ਠੀਕ ਆ ਅਤੇ ਉਸ ਵਿੱਚ ਤੁਹਾਨੂੰ ਪਤਾ ਚੇਂਜਿੰਗ ਆਉਂਦੀ ਰਹਿੰਦੀ ਹੈ ਕੁਛ ਹਾਂਜੀ ਇਹ ਕੁਝ ਮਸਲਾ ਹੀ ਇੱਦਾਂ ਦਾ ਕੋਈ ਸਟੋਰੀ ਇੱਦਾਂ ਦੀ ਸੀ ਵੀ ਉਹ ਆਪਾਂ ਨੂੰ ਕਲੀਅਰ ਕਰਨ 'ਤੇ ਉਹਨੂੰ ਬਿਲਕੁਲ ਉਹ ਟਾਈਮ ਲੱਗ ਗਿਆ ਵਕਤ ਲੱਗ ਗਿਆ ਜੀ ਚਲੋ ਸ਼ੁਭ ਆਸ਼ਾਵਾਂ ਤੁਹਾਡਾ ਬੇਟਾ ਵੀ ਉਹਦੇ 'ਚ ਤੁਹਾਡਾ ਸ਼ਾਗਿਰਦ ਵੀ ਤੁਹਾਡਾ ਵੀ ਕੰਮ ਆ ਸਾਡੇ ਲਈ ਐਡਵਾਂਸ ਦੇ ਵਿੱਚ ਤੁਹਾਡੀ ਉਸ ਫਿਲਮ ਨੂੰ ਸ਼ੁਭ ਆਸ਼ਾਵਾਂ ਤੁਹਾਡੇ ਜਿਹੜੇ ਦੋਨਾਂ ਦੇ ਡਿਊਟ ਆ ਉਹ ਕਿੰਨੇ ਗਾ ਚੁੱਕੇ ਹੁਣ ਤੁਸੀਂ ਡਿਊਟ ਸਾਡੇ ਗੀਤ ਆ ਚੁੱਕੇ ਆ ਜੀ ਕੋਈ 40-45 ਗੀਤ ਆ ਚੁੱਕੇ ਦੋਨਾਂ ਦੇ ਪੰਜਾਂ ਸਾਲਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਦਰਸ਼ਕੋ ਅੱਜ ਦੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਜੀਤਾ ਪਵਾਰ ਅਤੇ ਸੁਨੀਤਾ ਖੰਨੇ ਵਾਲੀ ਦੇ ਨਾਲ ਜਦ ਤੱਕ ਅਸੀਂ ਕਿਸੇ ਹੋਰ ਗਾਇਕ ਨੂੰ ਫਨਕਾਰ ਨੂੰ ਅਦਾਕਾਰ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ ਤਦ ਤੱਕ ਸਾਨੂੰ ਸਾਰਿਆਂ ਨੂੰ ਦਿਓ ਆਗਿਆ ਫਿਰ ਮਿਲਦੇ ਹਾਂ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ